ਸਤਿ ਸ਼੍ਰੀ ਅਕਾਲ ਜੀ ਦਰਸ਼ਕੋ, ਸਵਾਗਤ ਹੈ ਜੀ ਤੁਹਾਡਾ ਨਵੀਂ ਵੀਡੀਓ ਦੇ ਵਿੱਚ। ਅਤੇ ਅਸੀਂ ਨਾ ਅਟਾਰੀ ਤੋਂ ਤਰਨ ਤਾਰਨ ਸਾਹਿਬ ਜਾ ਰਹੇ ਸੀ। ਇਹ ਰੋਡ ਹੈਗੀ ਇੱਧਰ ਅਟਾਰੀ ਆ, ਅਤੇ ਇੱਥੋਂ ਅਟਾਰੀ ਤੋਂ ਅਸੀਂ ਇੱਧਰ ਜਾ ਰਹੇ ਹਾਂ ਤਰਨ ਤਾਰਨ ਸਾਹਿਬ। ਅਤੇ ਰਸਤੇ ਦੇ ਵਿੱਚ ਨਾ 2-2.5 ਕਿਲੋਮੀਟਰ ਦੇ ਨਾ ਇੱਦਾਂ ਦੇ ਬੁਰਜ ਬਣੇ ਹੋਏ ਆ, ਇਹ ਮਿਨਾਰੇ ਬਣੇ ਹੋਏ ਆ। ਅਤੇ ਇੱਥੇ ਸਾਨੂੰ ਬਾਪੂ ਜੀ ਮਿਲੇ, ਅਤੇ ਆਪਾਂ ਥੋੜ੍ਹਾ ਬਾਪੂ ਜੀ ਨੂੰ ਇਤਿਹਾਸ ਪਤਾ ਪੁੱਛਦੇ ਹਾਂ। ਬਾਪੂ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਮਾੜਾ ਮੈਨੂੰ ਦੱਸਿਓ ਜਿਹੜੇ ਆ ਮਿਨਾਰੇ ਬਣੇ ਹੋਏ, ਕੀ ਇਹਨਾਂ ਦਾ ਇਤਿਹਾਸ ਮਾੜਾ ਆ? ਇਹ ਇੱਦਾਂ ਜੇ ਵੀ ਇਹ ਸ਼ੇਰ ਸਾਹਿਬ ਸੂਰੀ ਦੇ ਵੇਲੇ ਦਾ ਰਸਤਾ ਜੀ, ਪੁਰਾਣਾ ਰਸਤਾ ਇਹ ਲਾਹੌਰ ਨੂੰ ਜਾਂਦਾ। ਇੱਥੇ ਇੱਧਰੋਂ ਲਾਹੌਰ ਜਾਂਦਾ ਸੀ, ਇੱਧਰੋਂ ਦਿੱਲੀ ਜਾਂਦਾ ਸੀ। ਠੀਕ ਹੈ ਆਪੂ ਜੀ। ਉਦੋਂ ਮਤਲਬ ਵਪਾਰ ਜਿਹੜੀ ਇੱਧਰ ਦੀ ਡਾਕ ਸੀ ਨਾ। ਹਾਂਜੀ ਹਾਂਜੀ। ਹੋਰ ਨਾ ਹਵਾਈ ਜਹਾਜ਼ ਕੋਈ ਰੇਲ ਗੱਡੀਆਂ ਤੇ ਹੈ ਨਹੀਂ। ਹਾਂ, ਉਹ ਤਾਂ ਨਹੀਂ ਹੁੰਦੀਆਂ ਸੀ ਯੋਗਾਂ ਦੇ ਵਿੱਚ। ਇਹ ਮਤਲਬ ਇਹ ਜਿਹੜੇ ਮਿਨਾਰੇ ਸੀ, ਇੱਥੇ ਇੱਕ ਦਿੱਤਾ ਇਹ ਮਿਨਾਰਾ ਵਾ, ਇੱਥੋਂ 2-2.5 ਕਿਲੋਮੀਟਰ। ਹਾਂ, ਅੱਗੇ ਵੀ ਹੈਗਾ, ਮੈਂ ਆਉਂਦੇ ਹੋਏ ਨੇ ਦੇਖਿਆ। ਹਾਂਜੀ, ਉੱਥੇ ਹੋਊਗਾ। ਇੱਥੇ ਮਤਲਬ ਇੱਥੇ ਨਾ ਇਸ ਤਰ੍ਹਾਂ ਇੱਕ ਲਾਗੇ ਇੱਕ ਸੋਹਣਾ ਜਿਹਾ ਕਮਰਾ, ਕੋਈ ਮਤਲਬ ਸਜਾਈ ਫਬਾਈ ਜਗ੍ਹਾ ਜਿਹੀ ਉਹ ਰਾਜ ਦੇ। ਹਾਂਜੀ ਹਾਂਜੀ। ਤੇ ਇੱਥੇ ਇੱਕ ਦੋ ਜਵਾਨ ਇੱਥੇ ਖਲੋਤੇ ਹੁੰਦੇ ਸੀ ਘੋੜੇ ਤੇ, ਘੋੜਾ ਖਲੋਤਾ ਹੁੰਦਾ ਸੀ। ਠੀਕ ਹੈ ਜੀ। ਇੱਧਰੋਂ ਜਿਹੜਾ ਘੋੜਾ ਲਾਹੌਰ ਤੋਂ ਆਉਂਦਾ ਸੀ ਡਾਕ ਲੈ ਕੇ। ਹਾਂਜੀ, ਉਹ ਮਤਲਬ ਇੱਥੇ ਪਹਿਲਾਂ ਹੀ ਅੱਧਾ ਕਿਲੋਮੀਟਰ ਪਿੱਛੇ ਮਤਲਬ ਆਪਣੀ ਇੱਥੋਂ ਆ ਜਾਂਦਾ ਸੀ, ਉਹ ਤਿਆਰੀ ਕਰ ਲੈਂਦਾ, ਆਪਣੇ ਘੋੜੇ ਤੇ ਬੈਠ ਜਾਂਦਾ ਸੀ ਉਹ ਡਾਕ ਇਹਨੂੰ, ਜਿਹੜਾ ਉਹ ਅਗਲਾ ਹੁੰਦਾ ਉਹ ਫੜਾ ਕੇ ਮੁੜ ਜਾਂਦਾ। ਉਸੇ ਵੇਲੇ ਮਤਲਬ ਜਿੱਦਾਂ ਆਪਾਂ ਇੱਕ ਦੂਜੇ ਨੂੰ ਚੀਜ਼ ਬਣਾਉਂਦੇ ਹਾਂ ਤੇ ਉਹਨੇ ਆਪਣਾ ਘੋੜਾ ਜਿਹੜਾ ਸੀ ਅੱਡੀ ਲਾਉਣੀ ਦੀ। ਓਕੇ ਓਕੇ। ਉਹ ਇਸੇ ਤਰ੍ਹਾਂ ਮਤਲਬ ਫੜਾ ਕੇ ਤੇ ਆਪਣੇ ਉਹ ਇੱਥੇ ਰੁਕ ਜਾਂਦਾ ਸੀ, ਤੇ ਜਿਹੜਾ ਇੱਥੇ ਬੰਦਾ ਸੀ ਉਹ ਅੱਗੇ ਚਲਾ ਜਾਂਦਾ ਸੀ। ਅੱਗੇ ਚਲੇ ਜਾਂਦਾ ਸੀ, ਉੱਥੇ ਜਾਂਦੇ ਨੂੰ ਉਸੇ ਤਰ੍ਹਾਂ ਬੰਦਾ ਤਿਆਰ ਦਿੱਲੀ ਤੱਕ ਜਿਹੜੀ ਸ਼ਾਮ ਨੂੰ ਇੱਧਰ ਦੀ ਉੱਧਰ ਤੇ ਉੱਧਰ ਦੀ ਦਿੱਲੀ ਤੱਕ ਡਾਕ ਜਾਂਦੀ ਸੀ। ਦਿੱਲੀ ਤੱਕ ਉਹ ਬਣੀ ਪਈ ਆ ਯਾਦਗਾਰ ਪੁਰਾਣੀ, ਜਾਣੀ ਕਿ ਲਾਹੌਰ ਤੋਂ ਦਿੱਲੀ ਤੱਕ ਐਵੇਂ ਡਾਕ ਜਾਂਦੀ ਸੀ। ਡਾਕ ਜਾਂਦੀ ਸੀ ਤੇ ਦਿੱਲੀਓਂ ਲਾਹੌਰ ਆਉਂਦੀ ਸੀ। ਸਵੇਰ ਦੀ ਸ਼ਾਮ ਨੂੰ ਇੱਧਰ ਦੀ ਉੱਧਰ ਮਤਲਬ ਇਸ ਤਰ੍ਹਾਂ ਚੱਲਦੀ ਸੀ। ਇਸ ਤਰ੍ਹਾਂ ਮਿਨਾਰੇ ਬਣੇ ਹੋਏ ਆ ਨਾ। ਤੇ ਕਿਹੜਾ ਪਿੰਡ 'ਚ ਬਣਿਆ ਹੋਇਆ ਇਹ ਮਿਨਾਰਾ? ਇਹ ਮਿਨਾਰਾ ਬਣਿਆ ਜੀ ਰੱਖ ਸਰਾਏ ਮਾਨਤ ਖਾਂ, ਸਰਾਏ ਮਾਨਤ ਖਾਨ ਦੇ ਪਿੰਡ ਨਾ, ਇਸ ਤੋਂ ਪਿੰਡ ਗਹਿਰੀ ਆ। ਤੇ ਇਹ ਉਸ ਤੋਂ ਅੱਗੇ ਵੀ ਉਧਰ ਹੈ ਇੱਕ ਹੋਰ ਆਊਗਾ, ਉੱਪਰ ਅੱਗੇ ਜਾ ਕੇ ਇੰਨੀ ਇਹਦਾ 2-2 ਕਿਲੋਮੀਟਰ ਅੱਗੇ ਜਾ ਕੇ ਫੇਰ ਆਊਗਾ। ਇਹ ਤੁਹਾਨੂੰ ਤੋੜ ਇਥੋਂ ਦੀ ਮਿਲਣਗੇ ਹੈਗੀਆਂ ਨੇ ਜੇ ਬਣੀਆਂ ਪੁਰਾਣੀ। ਤੇ ਜਿਹੜਾ ਇਹ ਰੋਡ ਹੈ ਇਹ ਪੁਰਾਣਾ ਰੋਡ ਆ ਦਿੱਲੀ ਲਾਹੌਰ ਵਾਲਾ। ਠੀਕ ਹੈ, ਜਿਹੜਾ ਹੁਣ ਅਸੀਂ ਆਏ ਵਾਲਾ ਜਿਹੜਾ ਪੁਰਾਣਾ ਰੋਡ ਇਹ ਆ, ਜਿਹੜਾ ਉਦੋਂ ਜੰਗਲਾਂ ਦਾ ਰਸਤਾ ਸੀ। ਹਾਂ, ਤੇ ਉਦੋਂ ਇਹ ਰਸਤਾ ਉਹੀ ਰਸਤਾ, ਇਹ ਆ ਨਿਸ਼ਾਨੀ ਹੈ ਨਾ, ਫਿਰ ਇਹ ਦੱਸਦੇ ਆ ਨਿਸ਼ਾਨੀ ਆ। ਇੱਥੇ ਥੋੜਾ ਅੱਗੇ ਜਾਓਗੇ ਤੁਸੀਂ ਅੱਗੇ ਸਰਾਏ ਮਾਨਤ ਖਾਂ ਪੁਰਾਣੀ ਮਾਨਤ ਬਣੀ ਆ। ਹਾਂ ਹਾਂ, ਉਹ ਮੈਂ ਕਰਨੀ ਸ਼ੂਟ, ਮੈਂ ਉੱਥੇ ਜਾਣਾ। ਠੀਕ। ਓਕੇ ਓਕੇ, ਠੀਕ ਹੈ ਆਪੂ ਜੀ, ਧੰਨਵਾਦ ਤੁਹਾਡਾ। ਥੈਂਕ ਯੂ ਸਰ। ਲਓ ਜੀ ਦਰਸ਼ਕੋ, ਇਹ ਹੈਗਾ ਮਿਨਾਰੇ, ਤੁਸੀਂ ਸਾਰੀ ਗੱਲਬਾਤ ਸੁਣੀ ਬਾਪੂ ਜੀ ਤੋਂ, ਕਿੱਦਾਂ ਇਹ ਡਾਕ ਦਾ ਜਿਹੜਾ ਹੈਗਾ ਅਸੀਂ ਬਣੇ ਹੋਏ ਸੀ ਨਾਲ ਨਾਲ ਕਮਰੇ ਹੁੰਦੇ ਸੀ, ਅਤੇ ਦਿੱਲੀ ਤੋਂ ਲਾਹੌਰ ਤੱਕ ਪਹਿਲਾਂ ਐਵੇਂ ਡਾਕ ਚੱਲਦੀ ਸੀ, ਲਾਹੌਰੋਂ ਬੰਦਾ ਚੱਲਦਾ ਸੀ ਅਤੇ ਇਹ ਬੁਰਜ 'ਤੇ ਆ ਕੇ ਫੜਾ ਜਾਂਦਾ ਸੀ, ਅਤੇ ਜਿਹੜਾ ਇੱਥੇ ਬੰਦਾ ਖੜਾ ਹੁੰਦਾ ਸੀ ਉਹ ਅੱਗੇ ਜਾ ਕੇ ਫੜਾ ਹੁੰਦਾ ਸੀ। ਸੋ ਇਹ ਸਾਰੀ ਗੱਲ ਵਾਸਤੇ ਤੁਹਾਨੂੰ ਆਪਾਂ ਨੂੰ ਦੱਸੀ ਆ। ਸਤਿ ਸ਼੍ਰੀ ਅਕਾਲ ਜੀ, ਅੱਗੇ ਮਿਲਾਂਗੇ ਨਵੀਂ ਵੀਡੀਓ ਵਿੱਚ। ਧੰਨਵਾਦ।